ਮੈਂ ਟਵਿੱਟਰ 'ਤੇ ਦੇਖਿਆ ਅਜੇ ਸਰ ਨੇ ਸਿੰਘਮ ਦਾ ਪੋਸਟਰ ਅਨਾਊਂਸ ਕੀਤਾ ਅਤੇ ਮੈਨੂੰ ਸਮਝ ਨਹੀਂ ਆਇਆ ਕੀ ਕਰਾਂ। ਅਸੀਂ ਚਾਰਾਂ ਜਣਾਂ ਨੇ ਨਾ ਗੱਡੀ ਦੇ ਚਾਰੇ ਸ਼ੀਸ਼ੇ ਡਾਊਨ ਕੀਤੇ, ਮੂੰਹ ਬਾਹਰ ਕੱਢਦੇ ਝਿਆੜ ਮਾਰੀ ਇੱਕ। 2014 ਜਦੋਂ ਇਹ ਆਸਟ੍ਰੇਲੀਆ ਤੋਂ ਇੰਡੀਆ ਆਏ ਨੇ, ਜ਼ਿੰਮੇਵਾਰੀ ਭੁੱਖ ਅਤੇ ਦੂਰੀ ਦੀ ਬੜੀ ਚਰਚਾ ਹੋਈ, ਪੰਜਾਬ ਬੋਲਦਾ ਨਾਲ ਐਂਟਰੀ ਹੁੰਦੀ ਹੈ। ਹਾਂਜੀ ਵੀਰੇ, ਮੈਂ ਹੁਣ ਪਰੂ ਨੂੰ ਕੀ ਕਹਾਂ, ਵੀਡੀਓ ਡਾਇਰੈਕਟਰ ਕਹਾਂ, ਕਿਉਂਕਿ ਸਫ਼ਰ ਉਸ ਤੋਂ ਬਾਅਦ ਤੁਸੀਂ ਮੈਂ ਐਟਲੀਸਟ ਬਹੁਤ ਹੋ ਗਿਆ, ਤੁਸੀਂ ਐਕਟਰ ਕਹਾਂ, ਵੀਡੀਓ ਡਾਇਰੈਕਟਰ ਕਹਾਂ, ਫਿਲਮ ਡਾਇਰੈਕਟਰ ਕਹਾਂ ਜਾਂ ਸਿੰਗਰ ਕਹਾਂ। ਤੁਸੀਂ ਪਰੂ ਕਹਿਤਾ ਵਿੱਚ ਸਭ ਕੁਛ ਹੀ ਆ ਗਿਆ, ਪਰ ਇਸ ਵੇਲੇ ਮੈਂ ਸਿੰਗਰ ਹਾਂ। ਮੈਂ ਸਿਰਫ ਆਪਣਾ ਕੰਮ ਕੀਤਾ, ਮੇਰੇ ਕੰਮ ਦਾ ਜੋ ਵੀ ਸੀਗਾ ਉੱਥੇ ਬੰਬੇ, ਕਿਹਨੇ ਮੇਰਾ ਕੰਮ ਦੇਖਿਆ, ਕਿਹਨੇ ਮੈਨੂੰ ਰੈਕਮੈਂਡ ਕੀਤਾ, ਕਿ ਮੈਨੂੰ ਕੁਛ ਨਹੀਂ ਪਤਾ ਕਿੰਨਾ 'ਚੋਂ ਸ਼ਾਰਟ ਲਿਸਟ ਹੋਇਆ, ਮੈਨੂੰ ਕੁਛ ਨਹੀਂ ਆਈਡੀਆ। ਮੈਨੂੰ ਸਿਰਫ ਮਨੀਸ਼ ਭਾਈ ਦੀ ਕਾਲ ਆਈ, ਸਾਡੇ ਡਿਸਟ੍ਰੀਬਿਊਟਰ ਦੀ, ਮੇਰੇ ਵਧੀਆ ਭਾਅ ਜੀ ਤੋਂ, ਬਹੁਤ ਦੋਸਤ ਨੇ, ਉਹ ਕਹਿੰਦੇ ਆ ਸਿੰਘਮ ਦੀ ਰੀਮੇਕ ਬਣ ਰਹੀ ਹੈ ਅਤੇ ਤੂੰ ਕਰ ਰਿਹਾ ਐਕਟ। ਮੈਂ ਭਾਅ ਜੀ ਜਾਓ ਯਾਰ ਕੀ ਹੈਨਾ ਕਿ ਹੈਨਾ, ਮੈਂ ਯਕੀਨ ਹੀ ਨਹੀਂ ਕੀਤਾ ਭਾਅ ਜੀ 'ਤੇ। ਅਤੇ ਬਰੀਫ ਗੱਲ ਹੋਈ ਹੈ ਸਾਡੀ, ਅੱਧਾ ਪੌਣਾ ਮਿੰਟ, ਕਹਿੰਦੇ ਚੱਲ ਠੀਕ ਹੈ ਆਪਾਂ ਕਰਾਂਗੇ, ਮਤਲਬ ਹਾਂ ਜਾਂ ਨਾ ਜੋ ਵੀ, ਨਾ ਤਾਂ ਮੈਂ ਕੀ ਕਰਨੀ ਸੀ। ਪਰ 4-5 ਦਿਨ ਪਹਿਲਾਂ ਕਹਿੰਦੇ ਟਵਿੱਟਰ ਚੈੱਕ ਕਰ, ਅਤੇ ਅਸੀਂ ਭਾਅ ਜੀ ਤੁਸੀਂ ਮੰਨੋਗੇ ਆਪਾਂ ਸੀ ਪੀ 'ਚ ਬੈਠੇ ਹਾਂ, ਅਤੇ ਅਸੀਂ ਸੀ ਪੀ ਦੇ ਨੇੜੇ ਹੀ ਸੀਗੇ, ਸ਼ੋਅ ਲਾ ਕੇ ਆ ਰਹੇ ਸੀ, ਪਤਾ ਨਹੀਂ ਸ਼ੋਅ ਨੂੰ ਜਾ ਰਹੇ ਸੀਗੇ, ਮੈਂ ਸੀ, ਲਾਡੀ ਸੀ, ਸੁਗਨ ਸੀਗਾ, ਇੱਕ ਭਾਅ ਜੀ ਹੋਰ ਸੀ, ਅਤੇ ਕਹਿੰਦੇ ਟਵਿੱਟਰ ਚੈੱਕ ਕਰ। ਮੈਂ ਟਵਿੱਟਰ 'ਤੇ ਦੇਖਿਆ ਅਜੇ ਸਰ ਨੇ ਸਿੰਘਮ ਦਾ ਪੋਸਟਰ ਅਨਾਊਂਸ ਕੀਤਾ, ਅਤੇ ਮੈਨੂੰ ਸਮਝ ਨਹੀਂ ਆਇਆ ਕੀ ਕਰਾਂ। ਅਸੀਂ ਚਾਰਾਂ ਜਣਾਂ ਨੇ ਨਾ ਗੱਡੀ ਦੇ ਚਾਰੇ ਸ਼ੀਸ਼ੇ ਡਾਊਨ ਕੀਤੇ, ਮੂੰਹ ਬਾਹਰ ਕੱਢਦੇ ਝਿਆੜ ਮਾਰੀ ਇੱਕ। ਜੋ ਓਰਿਜਨਲ ਹਿੰਦੀ ਫਿਲਮ ਸੀ ਉਸੇ ਤਰ੍ਹਾਂ ਕਾਫੀ ਡਿਫਰੈਂਟ ਹੈ ਵੀਰੇ, ਕਿਉਂਕਿ ਬਾਜੀਰਾਓ ਸਿੰਘਮ ਇਜ਼ ਅ ਸੀਨੀਅਰ ਆਫਿਸਰ ਹੂ ਇਜ਼ ਆਲਰੇਡੀ ਬਿਨ ਇਨ ਦ ਫੋਰਸ ਫੋਰ ਅ ਲੌਂਗ ਟਾਈਮ, ਹੁਣ ਕਾਫੀ ਦੇਰ ਤੋਂ ਪੁਲਿਸ ਨੇ। ਦਿਲਸ਼ੇਰ ਇੱਕ ਨਵਾਂ ਰੰਗਰੂਟ ਹੈ ਜੋ ਪੁਲਿਸ ਅਕੈਡਮੀ 'ਚੋਂ ਹੁਣੇ ਬਾਹਰ ਨਿਕਲਿਆ। ਐਸੈਂਸ ਸਿੰਘਮ ਦਾ ਜਿਹੜਾ ਇੱਕ ਓਨੈਸਟ ਕੋਪ ਦਾ ਆਪਦੇ ਪ੍ਰਿੰਸੀਪਲ ਐਥਿਕਸ ਦੇ ਨਾਲ ਰਹਿਣ ਦਾ, ਉਹ ਸੇਮ ਜਿੰਨੇ ਵੀ ਤੁਹਾਡਾ ਕੰਟੈਂਟ ਉਹਦੇ ਜਿਹੜੇ ਕਰੈਕਟਰਸ ਨੇ, ਪਾਤਰ ਨੇ, ਉਹ ਤੁਹਾਨੂੰ ਪੰਜਾਬ ਦੇ ਨੌਜਵਾਨਾਂ ਦੇ ਨੇੜੇ ਲੱਗਦੇ ਜਾਂ ਕਿਹਨਾਂ ਦੇ ਨਜ਼ਦੀਕ ਜ਼ਿਆਦਾ ਲੱਗਦੇ ਆ? ਜਦੋਂ ਤਾਂ ਮੈਂ ਵੀਡੀਓਜ਼ ਡਾਇਰੈਕਟ ਕਰਦਾ ਸੀ ਉਦੋਂ ਮੈਂ ਲਿਮਿਟਡ ਹੋ ਜਾਂਦਾ ਸੀ ਨਾ, ਕਿਉਂਕਿ ਮੇਰੇ ਕੋਲ ਇੱਕ ਸਰਟਨ ਲਿਰਿਕਸ ਆਏ ਹੋਏ ਨੇ, ਉਹਨੂੰ ਇੱਕ ਸਰਟਨ ਟੈਂਪੋ ਪਿੱਚ 'ਤੇ ਗਾਇਆ ਹੋਇਆ, ਤਾਂ ਤੁਸੀਂ ਉਹਨੂੰ ਜੇ ਹੁਣ ਬੀਟ ਗਾਣਾ ਤਾਂ ਤੁਸੀਂ ਉਹਨੂੰ ਬੀਟ ਵਾਂਗੂ ਹੀ ਸ਼ੂਟ ਕਰੋਗੇ। ਜੇ ਉਹ ਲਿਰਿਕਸ ਇਹ ਗੱਲ ਕਹਿੰਦੇ ਨੇ ਕਿ ਮੈਂ ਤੈਨੂੰ ਮਿਸ ਕਰਦਾ ਜਾਂ ਮੈਂ ਤੈਨੂੰ ਪਿਆਰ ਕਰਦਾ, ਤਾਂ ਉੱਥੇ ਪਿਆਰ ਜਾਂ ਮਿਸਿੰਗ ਦੀ ਗੱਲ ਹੈ। ਜਿਹੜਾ ਮੇਰਾ ਕੰਟੈਂਟ ਹੈ, ਜਿਹੜੇ ਮੇਰੇ ਗਾਣੇ ਨੇ, ਉਹ ਮੈਨੂੰ ਲੱਗਦਾ ਉਹ ਮੇਰੇ ਹਿਸਾਬ ਦੇ ਕੰਟੈਂਟ ਨੇ, ਕਿਉਂਕਿ ਮੈਂ ਉਹ ਆਪ ਬਣਾਉਣਾ। ਰਾਈਟ, ਤਾਂ ਜਿਵੇਂ ਮੈਨੂੰ ਮੇਰੀ ਮਾਸੀ ਦਾ ਫੋਨ ਆਇਆ 2 ਸਾਲ ਪਹਿਲਾਂ ਕਿ ਪਰੂ ਇਹ ਰਿਸ਼ਤਾ ਆਇਆ ਤੇਰੇ ਲਈ ਅਤੇ ਸਾਡੇ ਆ ਵਾਕਫ ਨੇ ਅਤੇ ਪੰਮੀ ਨਾਲ ਗੱਲ ਕਰੀਏ, ਮੈਂ ਕਿਹਾ ਨਾ ਮਾਸੀ ਮੈਂ ਤਾਂ ਛੜਾ ਹੀ ਰਹਿਣਾ, ਮੈਂ ਜਿੰਮ ਲਾ ਰਿਹਾ। ਅਤੇ ਮਾਸੀ ਕਹਿੰਦੀ ਲੈ ਤੂੰ ਕਾਹਦਾ ਛੜਾ, ਤੂੰ ਤਾਂ ਟੌਰ ਨਾਲ ਛੜਾ। ਉਹ ਮੇਰੇ ਗੱਲ 'ਚ ਮੈਂ ਸਰਬੇ ਨੂੰ ਫੋਨ ਲਾ, ਮੈਂ ਸਰਬੇ ਹੋਏ ਟੌਰ ਨਾਲ ਛੜਾ ਗਾਣਾ ਬਣਾਉਂਦੇ ਹਾਂ, ਹੈ ਨਾ। ਸੋ ਮੈਨੂੰ ਲੱਗਦਾ ਮੇਰੇ ਜਿਹੜੇ ਕੰਟੈਂਟ ਨੇ ਉਹ ਸਾਰੇ, ਉਹ ਜਿਵੇਂ ਮੈਂ ਕਹਿਣਾ ਉਹ ਮੇਰੇ ਹਿਸਾਬ ਦੇ ਨੇ। ਤੁਹਾਡੇ ਫਾਦਰ ਸਾਹਿਬ ਡਾਕਟਰ ਸਤੀਸ਼ ਵਰਮਾ, ਪੰਜਾਬੀ ਯੂਨੀਵਰਸਿਟੀ 'ਚ ਲੰਬਾ ਉਹਨਾਂ ਦਾ ਤਜਰਬਾ ਰਿਹਾ, ਲਿਟਰੇਚਰ, ਸਾਹਿਤ, ਕਲਚਰ, ਸਭ ਚੀਜ਼ਾਂ। ਆਬਜ਼ਰਵੇਸ਼ਨ ਲੋਕਾਂ 'ਚ ਹੁੰਦੀ ਹੈ ਕਿ ਇਹਨਾਂ ਦੇ ਬੇਟੇ ਸ਼ਾਇਦ ਅਕੈਡੈਮਿਕ 'ਚ ਜਾਣਗੇ, ਇਹਨਾਂ ਦੇ ਜਿਹੜੀ ਸੰਤਾਨ ਉੱਧਰ ਹੀ ਜਾਏਗੀ। ਸੋ ਇਹ ਫੈਸਲੇ ਨੂੰ ਜਦੋਂ ਉਹਨਾਂ ਦੇ ਜਿਹੜਾ ਸਰਕਲ ਹੈ ਉਹ ਜਦੋਂ ਦੇਖਦਾ ਤਾਂ ਉਦੋਂ ਗੱਲਾਂ ਹੁੰਦੀਆਂ, ਤਾਂ ਉਦੋਂ ਉਹਨੂੰ ਇਸ ਚੀਜ਼ ਨੂੰ ਕਿਵੇਂ ਰਿਐਕਟ ਕਰਦੇ? ਮੈਂ ਦੇਰ ਆਰ ਟੂ ਵੇਜ਼ ਟੂ ਅਪਰੋਚ ਦਿਸ ਕੁਐਸਚਨ ਨਾ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਪਹਿਲਾਂ ਮੈਨੂੰ ਆਇਆ ਕਹਿੰਦੇ ਸੀ ਹੁਣ ਦੇਖੋ ਆਏ ਹੋ ਗਿਆ, ਹੈ ਨਾ। ਪਰ ਉਹਦਾ ਜੀ ਇੱਕ ਹੰਬਲ ਅਤੇ ਓਨੈਸਟ ਆਨਸਰ ਹੋਵੇ ਤਾਂ ਜਦੋਂ ਤੱਕ ਭਾਅ ਜੀ ਮੈਂ ਸਕਸੈਸਫੁਲ ਹੋਇਆ ਨਹੀਂ ਸੀ ਫੀਲਡ ਦੇ ਵਿੱਚ, ਤਾਂ ਮੈਨੂੰ ਆਪ ਨਹੀਂ ਸੀ ਲੱਗਦਾ ਮੈਂ ਕੁਛ ਕਰੂੰਗਾ, ਠੀਕ ਹੈ ਨਾ। ਅਤੇ ਉਹਨਾਂ ਇੱਕ ਪ੍ਰੋਫੈਸਰਾਂ ਦਾ ਉਹਨਾਂ ਦੇ ਇਹ ਸੋਚਣਾ ਕਿ ਮੇ ਬੀ ਯਾਰ ਇੱਕ ਬੰਦਾ ਖਬਰੇ ਨਹੀਂ ਕਰੂੰਗਾ, ਅਤੇ ਜੇ ਉਹਨਾਂ ਨੇ ਕਦੇ ਕਿਸੇ ਨੇ ਸੋਚਿਆ ਵੀ ਸੀਗਾ ਤਾਂ ਮੈਂ ਕਹਿਣਾ ਕਿ ਚਲੋ ਠੀਕ ਹੈ। ਸੋ ਮੈਂ ਉਸ ਚੀਜ਼ ਨੂੰ ਐਡਾ ਲੈਂਦਾ ਨਹੀਂ। ਮੇਰੇ ਫਾਦਰ ਨੇ ਸਗੋਂ ਮੈਨੂੰ ਸਪੋਰਟ ਕੀਤਾ ਹਰ ਇੱਕ ਚੀਜ਼ ਦੇ ਵਿੱਚ। ਜਦੋਂ ਮੇਰੇ ਹੱਥ 'ਚ ਕੰਟੈਂਟ, ਜਿਵੇਂ ਮੈਂ ਗੱਲ ਕੀਤੀ ਨਾ ਕਿ ਜਦੋਂ ਮੇਰੇ ਹੱਥ 'ਚ ਕੰਟੈਂਟ ਹੈ, ਦਿਲ ਦੀਆਂ ਗੱਲਾਂ ਮੇਰੇ ਹੱਥ 'ਚ ਕੰਟੈਂਟ ਸੀ, ਤਾਂ ਮੈਂ ਕੁਛ ਥੋੜ੍ਹਾ ਜਿਹਾ ਹਟ ਕੇ ਕਰਨ ਦੀ ਕੋਸ਼ਿਸ਼ ਕੀਤੀ। ਜਿਵੇਂ ਜਿਵੇਂ ਭਾਅ ਜੀ ਮੈਂ ਸਕਸੈਸਫੁਲ ਹੁੰਦਾ ਜਾਊਂ, ਮੈਂ ਐਜ਼ ਐਨ ਇੰਡੀਵਿਜੁਅਲ ਗਰੋ ਹੋ ਰਿਹਾ, ਹੈ ਨਾ, ਦੋ ਮੈਂ
ਜਦੋਂ 22-23 ਸਾਲ ਦਾ ਮੁੰਡਾ ਹੋਰ ਹੁੰਦਾ, 25-26 ਸਾਲ ਦਾ ਸੁਭਾਅ ਹੋਰ ਹੁੰਦਾ, ਅੱਗੇ 30 ਸਾਲ ਦਾ ਬੰਦਾ ਹੋਰ ਹੁੰਦਾ। ਤਾਂ ਐਜ਼ ਐਨ ਆਰਟਿਸਟ ਵੀ ਮੈਂ ਗਰੋ ਕਰ ਰਿਹਾ, ਐਜ਼ ਐਨ ਇੰਡੀਵਿਜੁਅਲ ਵੀ ਗਰੋ ਕਰ ਰਿਹਾ, ਐਜ਼ ਕੰਟੈਂਟ ਕ੍ਰੀਏਟਰ ਵੀ ਮੈਂ ਗਰੋ ਕਰ ਰਿਹਾ। ਮੈਨੂੰ ਇਹ ਕਿ ਹੌਲੀ ਹੌਲੀ ਵਿਦ ਟਾਈਮ ਆਮ ਡੈਫੀਨੇਟਲੀ ਗੋਨ ਸਟਾਰਟ ਡੂਇੰਗ ਥਿੰਗਸ ਵਿਚ ਆਰ ਥੋੜ੍ਹੀ ਥੋੜ੍ਹੀ ਬਾਉਂਡਰੀ ਪੁਸ਼ ਕਰਦਾ ਰਹੂੰਗਾ। ਜਿਹੜੀ ਤੁਸੀਂ ਬਾਉਂਡਰੀਜ਼ ਦੀ ਗੱਲ ਕੀਤੀ ਹੈ, ਸ਼ੁਰੂਆਤ 'ਚ ਹਮੇਸ਼ਾ ਹੁੰਦਾ ਕੋਈ ਵੀ ਕਿਸੇ ਵੀ ਕ੍ਰੀਏਟਿਵ ਫੀਲਡ 'ਚ ਆਉਂਦਾ ਅਤੇ ਉਹ ਕੰਟੈਂਟ ਹੌਲੀ ਹੌਲੀ ਉਹਦਾ ਮੈਚਿਓਰ ਹੁੰਦਾ। ਹਾਂਜੀ, ਉਹ ਅੱਗੇ ਅਸੀਂ ਕਿਸ ਤਰ੍ਹਾਂ ਦਾ ਕੰਟੈਂਟ ਦਾ ਤਵੱਜੋ ਕਰ ਸਕਦੇ? ਜਿਵੇਂ ਮੈਂ ਕਹਿੰਦਾ, ਫੋਰ ਐਗਜ਼ਾਮਪਲ ਮੈਂ ਗਾਣਾ ਕੀਤਾ ਟੌਰ ਨਾਲ ਛੜਾ, ਮੈਂ ਗਾਣਾ ਕੀਤਾ ਗਾਲ ਨਹੀਂ ਕੱਢਣੀ, ਤਾਂ ਚਲੋ ਮੈਂ ਗਾਲ ਨਹੀਂ ਕੱਢਣੀ ਕੋਈ ਮੈਸੇਜ ਵਾਲਾ ਗਾਣਾ ਨਹੀਂ ਸੀਗਾ, ਉਹ ਕੰਟੈਂਟ ਮਜ਼ਾਕ ਵਾਲਾ ਸੀਗਾ ਅਤੇ ਲਾਈਟ ਹਾਰਟਡ, ਮੈਂ ਤਾਂ ਹੀ ਕਿਹਾ ਕਿ ਯੂਥ ਨੂੰ ਫੋਕਸ ਕਰਕੇ। ਪਰ ਤੁਸੀਂ ਜੇ ਦੇਖੋ, ਜਦੋਂ ਮੈਂ ਕੱਚੇ ਪੱਕੇ ਯਾਰ ਕੀਤਾ, ਭਾਅ ਜੀ ਮੇਰੇ ਲਾਈਫ ਦਾ ਸਭ ਤੋਂ ਵੱਡਾ ਗਾਣਾ ਗਾਲ ਨਹੀਂ ਕੱਢਣੀ ਅੱਜ 250 million 'ਤੇ ਆ। ਮੈਨੂੰ ਸਾਰਿਆਂ ਨੇ ਕਿਹਾ ਯਾਰ ਤੂੰ ਕਲੱਬ ਸੌਂਗ ਕਰ, ਛੜਾ ਉਦੋਂ ਬਣਿਆ ਪਿਆ ਸੀ, ਪਰ ਮੈਂ ਛੜਾ ਨਹੀਂ ਕੀਤਾ। ਮੈਂ ਕਿਹਾ ਹੁਣ ਮੈਂ ਇੱਕ ਥਾਂ 'ਤੇ ਹਾਂ, ਇੱਕ ਸਟੇਜ 'ਤੇ, ਇੱਥੇ ਮੈਂ ਲੋਕ ਸੁਣ ਰਹੇ ਨੇ, ਫਿਰ ਮੈਂ ਉਹਨਾਂ ਨੂੰ ਸਾਡੇ ਸਟੂਡੈਂਟਾਂ ਦੀ ਕਹਾਣੀ ਦੱਸੂੰਗਾ। ਮੈਂ ਫਿਰ ਕੱਚੇ ਪੱਕੇ ਯਾਰ ਕੀਤਾ, ਜਿਹੜਾ ਸ਼ਾਇਦ 25-30 million 'ਤੇ ਹੋਵੇ ਗਾਣਾ। ਤਾਂ ਮੈਨੂੰ ਲੱਗਦਾ ਕਿ ਮੈਂ ਇੱਕ ਸਰਟਨ ਉਹਦੇ ਵਿੱਚ, ਜਿਵੇਂ ਆਪਾਂ ਨਾ ਦਿਨ ਰਾਤ ਵਾਲਾ ਫਰਕ ਨਹੀਂ ਹੁੰਦਾ ਹੈਗਾ, ਵਿੱਚ ਸ਼ਾਮ ਵੀ ਹੁੰਦੀ ਹੈ, ਹੈ ਨਾ। ਦਿਲਸ਼ੇਰ ਯਾਨੀ ਕਿ ਪਰਮੇਸ਼ ਵਰਮਾ ਸਿੰਘਮ ਦੇ ਵਿੱਚ ਕਿਹੜਾ ਗੀਤਕਾਰ ਹੈ? ਕੋਈ ਵੀ ਨਹੀਂ ਭਾਜੀ, ਸਿੰਘਮ ਅਸਲ 'ਚ ਨਾ ਇੱਕ ਮਿਊਜ਼ੀਕਲ ਫਿਲਮ ਨਹੀਂ ਹੈਗੀ, ਆਪਾਂ ਜੋ ਮਿਊਜ਼ਿਕ ਦਾ ਜ਼ਿਆਦਾ ਸਕੋਪ ਹੈ ਨਹੀਂ, ਸਿੰਘਮ ਐਕਸ਼ਨ ਫਿਲਮ ਹੈ। ਜੇ ਮਿਊਜ਼ਿਕ ਦਾ ਸਕੋਪ ਹੁੰਦਾ ਡੈਫੀਨੇਟਲੀ ਵੁੱਡ ਹੈਵ ਡਨ ਇਟ, ਹੈ ਨਾ। ਅਤੇ ਐਕਸ਼ਨ ਦੇ ਵਿੱਚ ਮੈਂ ਜ਼ਿਆਦਾ ਮਿਹਨਤ ਕਰ ਚੁੱਕਿਆ, ਜ਼ਿਆਦਾ ਟਾਈਮ ਲਾ ਚੁੱਕਾ। ਹਾਂ, ਇੰਨਾ ਜ਼ਰੂਰ ਹੈ, ਡਿਮਾਂਡ ਗਾਣਾ ਜਿਹੜਾ ਆਇਆ ਆਪਣਾ ਉਹ ਮੈਂ ਗਾਉਣਾ ਸੀਗਾ, ਰਾਈਟ, ਪਰ ਗੋਲਡੀ ਨੇ ਡੰਮੀ ਬਣਾ ਕੇ ਭੇਜੀ, ਕਹਿੰਦਾ ਪਰ ਉਹ ਗਾਣਾ ਮੈਂ ਕਰ ਰਿਹਾ। ਪੰਜਾਬੀ ਸਿਨੇਮਾ ਦੀ ਗੱਲ ਕਰ ਰਹੇ ਹਾਂ, ਰੀਜਨਲ ਸਿਨੇਮਾ ਜਿਹੜਾ ਹੈ ਉਹਦਾ ਜਦੋਂ ਇੰਟਰਨੈਸ਼ਨਲ ਸਟੈਂਡਰਡ ਦੀ ਗੱਲ ਆਉਂਦੀ ਹੈ ਤਾਂ ਜਿਹੜੀ ਕਮਰਸ਼ਲੀ ਸਕਸੈਸ ਵਾਲੀਆਂ ਫਿਲਮਸ ਨੇ ਉਹ ਤੁਹਾਨੂੰ ਕੀ ਲੱਗਦਾ ਕਿ ਉਹ ਉਹਨਾਂ ਦੀ ਚਰਚਾ ਇੰਨੀ ਕਿਉਂ ਨਹੀਂ ਹੋ ਪਾਉਂਦੀ? ਬਾਲੀਵੁੱਡ ਦਾ ਸਿਨੇਮਾ ਭਾਰੀ 40s-50s ਤੋਂ ਚੱਲ ਰਿਹਾ, ਐਂਡ ਦੈਟ ਸਿਨੇਮਾ ਇਜ਼ ਗਰੋਨ ਇਨ ਸੱਚ ਯੂ ਨੋ ਐਕਸਪੈਨ। ਹੁਣ ਬਾਲੀਵੁੱਡ ਦੇ ਫਿਲਮ ਵਿੱਚ, ਬਾਲੀਵੁੱਡ ਦੇ 100 crore ਦੀ ਫਿਲਮ ਬਣਨ ਦੀ ਵੀ ਸ਼ਮਤਾ। ਪਹਿਲਾਂ ਤਾਂ ਆਪਾਂ ਕਹਿੰਦੇ ਸੀ ਨਾ 100 crore ਫਿਲਮ ਨੇ ਬਣਾਇਆ, ਉਹ ਬੜੀ ਵੱਡੀ ਜਿੱਤ ਹੈ। 100 crore ਦਾ ਇੱਕ ਫਿਲਮ ਦਾ ਬਣਨਾ, ਕੋਸਟ ਨਿਕਲਣੀ, ਉਹਦੀ ਦਾ ਰਿਕਵਰੀ ਲਈ ਤੁਹਾਨੂੰ 400 crore ਚਾਹੀਦਾ। ਫਿਲਮਾਂ ਦਾ ਸਿਰਫ ਕੰਟੈਂਟ ਦੇ ਉੱਤੇ ਨਹੀਂ ਖੜਾ ਹੁੰਦਾ ਕੰਮ, ਰਾਈਟ। ਦ ਫੈਕਟ ਕਿ ਇੱਕ ਤਾਂ ਹੁਣ ਮੈਂ ਐਗਜ਼ਾਮਪਲ ਦਿੰਦਾ, ਜਦੋਂ 2-3 saal ਪਹਿਲਾਂ ਕਦੇ ਆਪਾਂ ਸੁਣਿਆ ਸੀ ਪੰਜਾਬੀ ਫਿਲਮ 35 crore, 40 crore, 50 crore ਕਰੂਗੀ। 3-4 saal ਪਹਿਲਾਂ ਹਿੰਦੀ ਫਿਲਮ ਦਾ ਕਰੋੜ ਕਰਨਾ ਬਹੁਤ ਵੱਡੀ ਗੱਲ ਸੀ, ਫਿਰ ਆਪਾਂ ਅੱਧ 'ਚ ਤਾਂ ਪਹੁੰਚ ਗਏ। ਸੋ ਮੈਨੂੰ ਲੱਗਦਾ ਵਿਦ ਟਾਈਮ ਆਪਾਂ ਇਹ ਚੀਜ਼ 'ਚ ਵੀ ਗਰੋ ਕਰ ਜਾਂਗੇ। ਆਖਰੀ ਸਵਾਲ, ਗੁਰਦਾਸ ਮਾਨ ਹੋਰਾਂ ਦਾ ਜ਼ਿਕਰ ਹੁੰਦਾ ਹੈ ਜਦੋਂ ਜਦੋਂ ਪਰਮੀਸ਼ ਸਟੇਜ 'ਤੇ ਹੁੰਦੇ ਆ, ਜ਼ਿੰਮੇਵਾਰੀ ਭੁੱਖ ਤੇ ਦੂਰੀ ਹੋਵੇ ਤੇ ਫਿਲਮ ਪਲੇ ਕਰੀਏ ਤਾਂ ਉਸ ਤੋਂ ਪਹਿਲਾਂ ਗੁਰਦਾਸ ਮਾਨ ਹੋਰਾਂ ਦੀ ਬਲੈਸਿੰਗਸ ਤੁਸੀਂ ਜਾਂਦੇ ਹੋ ਮੁੰਬਈ ਲੈਣ। ਹਾਂਜੀ, ਜਦੋਂ ਸਿੰਘਮ ਆਈ ਹੱਥ ਵਿੱਚ ਏਡੇ ਵੱਡੇ ਬੈਨਰ, ਅਜੇ ਦੇਵਗਨ, ਬਿਲਕੁਲ ਕਰੇ ਗਿਆ, ਗੁਰਦਾਸ ਮਾਨ ਹੋਰਾਂ ਦਾ ਕੀ ਰਿਐਕਸ਼ਨ? ਮੈਂ ਮਿਲਿਆ, ਮੈਂ ਤਾਇਆ ਜੀ ਨੂੰ ਮਿਲਿਆ, ਅਤੇ ਹੁਣ ਮੈਂ ਇੱਕ ਸੀ ਜਦੋਂ ਪਹਿਲਾਂ ਛੋਟੇ ਹੁੰਦੇ ਸੀ, ਮੈਂ ਤਾਇਆ ਜੀ ਕਹਿੰਦਾ ਪਾਪਾ ਦੇ ਬੈਸਟ ਫਰੈਂਡ ਰਹੇ ਨੇ, ਅਤੇ ਉਦੋਂ ਇੱਕ ਹੋਰ ਰੂਪ ਸੀਗਾ। ਜਦੋਂ ਮੈਂ ਇੰਡਸਟਰੀ 'ਚ ਆ ਗਿਆ, ਮੈਨੂੰ ਪਤਾ ਸੀ ਕਿ ਮੈਂ ਡੈਡ ਦੇ ਕੰਟੈਕਟ ਨਹੀਂ ਵਰਤਣੇ, ਮੈਂ ਇੱਧਰ ਨਹੀਂ ਕਰ ਸਕਦਾ, ਨਾ ਹੀ ਉਹ ਕੰਟੈਕਟਾਂ ਦਾ ਕੋਈ ਫਾਇਦਾ ਹੁੰਦਾ, ਹੈ ਨਾ। ਅੱਜ ਮੈਂ ਕਹਿੰਦਾ ਇਹਨੂੰ ਹੀਰੋ ਲੈ ਲਊਗੀ, ਹੀਰੋ ਥੋੜ੍ਹੀ ਲੈ ਲਊਗਾ, ਅਤੇ ਉਦੋਂ ਫਿਰ ਉਹ ਬੈਰੀਅਰ ਜਿਹਾ ਸੀਗਾ। ਪਰ ਜਦੋਂ ਮੈਂ ਹੁਣ ਇਸ ਵਾਰੀ ਗਿਆ ਸੀਗਾ, ਮੈਂ ਉਹ ਸੋਫਿਆਂ 'ਤੇ ਬੈਠਾ ਸੀ, ਮੈਨੂੰ ਤਾਇਆ ਜੀ ਆ ਕੇ ਮਿਲੇ, ਉਹਨਾਂ ਨੇ ਆਸ਼ੀਰਵਾਦ ਦਿੱਤਾ, ਉਹਨਾਂ ਨੇ ਗੱਲ ਕੀਤੀ। ਸੋ ਉਹ ਬਹੁਤ ਮੇਰੇ ਲਈ ਇੱਕ ਵੱਡੀ ਅਚੀਵਮੈਂਟ ਸੀ।